ਬਾਬਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਨੀ ਮਾਨ ਹਾਰਦਿਕ ਸਵਾਗਤ ਕਰਦਾ। ਪਿਛਲੇ ਕੁਝ ਦਿਨਾਂ ਤੋਂ ਸੁਖਪਾਲ ਸਿੰਘ ਖਹਿਰਾ ਦਾ ਪਰਿਵਾਰ ਕੋਰੋਨਾ ਮਹਾਂਮਾਰੀ ਦੀ ਮਾਰ ਚੱਲ ਰਿਹਾ ਸੀ। ਹੁਣ ਉਹ ਬਿਲਕੁਲ ਦਰੁਸਤ ਹੋ ਕੇ ਸੋਸ਼ਲ ਮੀਡੀਆ ਦੇ ਸਾਹਮਣੇ ਆਏ ਨੇ। ਉਹਨਾਂ ਨੇ ਲਾਈਵ ਹੋ ਕੇ ਚੱਲ ਰਹੇ ਮੌਜੂਦਾ ਵਿਸ਼ਿਆਂ ਦੀ ਚਰਚਾ ਕੀਤੀ ਹੈ। ਨਾ ਹੀ ਉਹਨਾਂ ਨੇ ਸਾਧੂ ਸਿੰਘ ਧਰਮਸੋਤ ਦੇ ਸਕਾਲਰਸ਼ਿਪ ਦੇ ਪੈਸਿਆਂ ਦੇ ਵਿੱਚ ਘੁਟਾਲੇ ਕਰਨ ਦੇ ਲੱਗੇ ਇਲਜ਼ਾਮਾਂ ਤੇ ਵੀ ਚਰਚਾ ਕੀਤੀ। ਹੋਰ ਕੀ ਬਿਆਨ ਕਰਸੀ ਉਹਨਾਂ ਨੇ, ਆਓ ਦੇਖਦੇ ਹਾਂ। ਦੋਸਤੋ, ਅੱਜ ਤੁਹਾਡੇ ਨਾਲ ਕਾਫੀ ਦਿਨ ਤੋਂ ਬਾਅਦ ਚਰਚਾ ਕਰਨ ਦਾ ਮੌਕਾ ਮਿਲਿਆ, ਕਿਉਂਕਿ ਅਸੀਂ ਸਾਰੇ ਤਕਰੀਬਨ ਠੀਕ ਨਹੀਂ ਸੀਗੇ। ਲਗਭਗ 2 ਹਫ਼ਤੇ ਕੋਰੋਨਾ ਦੀ ਜਿਹੜੀ ਮਾਰ ਚੱਲੀ ਆ, ਪਰ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੁਣ ਅਸੀਂ ਸਾਰਾ ਪਰਿਵਾਰ ਬਿਲਕੁਲ ਤੰਦਰੁਸਤ ਔਰ ਬਿਲਕੁਲ ਠੀਕ ਹੈ। ਮੈਂ ਆਪਣੀ ਪੋਸਟ ਜਿਹੜੀ ਕੱਲ੍ਹ ਪਾਈ ਸੀ ਉਹਦੇ ਸਾਰੇ ਡਿਟੇਲਸ ਕਿ ਕਿਸ ਤਰ੍ਹਾਂ, ਵੈਸੇ ਟੈਸਟ ਸਾਰੇ ਕੋਰੋਨਾ ਦੇ ਨੈਗੇਟਿਵ ਆ ਰਹੇ ਸੀਗੇ, ਪਰ ਮੈਨੂੰ ਇਕੱਲੇ ਨੂੰ ਅੰਦਰ ਚੈਸਟ ਵਿੱਚ ਇਨਫੈਕਸ਼ਨ ਸੀਗੀ। ਇਸੇ ਕਰਕੇ ਮੈਂ ਵਿਧਾਨ ਸਭਾ ਦਾ ਸੈਸ਼ਨ ਵੀ 28 ਤਰੀਕ ਦਾ ਅਟੈਂਡ ਨਹੀਂ ਕੀਤਾ, ਤਾਂ ਕਿ ਮੇਰੇ ਕੋਲੋਂ ਕਿਸੇ ਹੋਰ ਨੂੰ ਕੋਈ ਵਾਇਰਸ ਪਾਸ ਆਉਣ ਨਾ ਹੋ ਜਾਵੇ। ਬਲਕਿ ਮੈਂ ਆਪਣੇ ਸਾਰੇ ਪੋਲੀਟੀਕਲ ਕੁਲੀਗਸ ਨੂੰ ਕਹੂੰ, ਕੁਛ ਬਹੁਤ ਜ਼ਿਆਦਾ ਇਹਨਾਂ ਦਿਨਾਂ ਦੇ ਵਿੱਚ ਓਵਰ ਐਕਟਿਵ ਹਾਈਪਰ ਐਕਟਿਵ ਹੋਏ ਹੋਏ ਨੇ। ਠੀਕ ਹੈ, ਓਪੋਜੀਸ਼ਨ ਦਾ ਰੋਲ ਅਦਾ ਕਰਨਾ ਬਹੁਤ ਜ਼ਰੂਰੀ ਹੈ, ਇਸ਼ੂਜ਼ ਉਠਾਉਣੇ ਵੀ ਬਹੁਤ ਜ਼ਰੂਰੀ, ਪਰ ਇਹ ਵੀ ਨਾਲ ਧਿਆਨ ਰੱਖਣਾ ਕਿ ਤੁਸੀਂ ਇਸ ਮਹਾਂਮਾਰੀ ਨੂੰ, ਵਾਇਰਸ ਨੂੰ ਸਪਰੈਡ ਤਾਂ ਨਹੀਂ ਕਰ ਰਹੇ। ਬਹੁਤ ਸਾਰੇ ਆਮ ਆਦਮੀ ਪਾਰਟੀ ਦੇ MLAs ਜਦੋਂ ਇਹਨਾਂ ਦੀ ਮੀਟਿੰਗ ਹੋਈ, ਉਦੋਂ ਤੋਂ ਬਾਅਦ ਉਹ ਪੋਜ਼ਿਟਿਵ ਪਾਏ ਗਏ ਸੀਗੇ। ਇਹਦੇ ਬਾਵਜੂਦ ਉਹਨਾਂ ਨੇ ਵਿਧਾਨ ਸਭਾ ਵਿੱਚ ਬਹੁਤ ਜ਼ਿੱਦ ਕੀਤੀ। ਕੁਛ ਸੱਜਣ ਤਾਂ ਹਾਸੋਹੀਣੇ ਜੇ PPE ਕਿੱਟਸ ਪਾ ਕੇ ਵੀ ਉੱਥੇ ਪਹੁੰਚ ਗਏ ਨੰਬਰ ਬਣਾਉਣ ਵਾਸਤੇ, ਅਤੇ ਅਗਲੇ ਦਿਨ ਹੀ ਪੋਜ਼ਿਟਿਵ ਪਾਏ ਗਏ। ਮੇਰੀ ਸਾਰੇ ਇਸ ਤਰ੍ਹਾਂ ਦੇ ਆਪਣੇ ਕੁਲੀਗਸ ਨੂੰ ਇਹ ਬੇਨਤੀ ਆ ਕਿ ਇਸ਼ੂਜ਼ ਹਾਈਲਾਈਟ ਕਰੋ ਸੋਸ਼ਲ ਮੀਡੀਆ ਰਾਹੀਂ, ਇਲੈਕਟ੍ਰੋਨਿਕ ਮੀਡੀਆ ਰਾਹੀਂ, ਅਗਰ ਹੋ ਸਕੇ ਤਾਂ ਆਪਣੇ ਆਪ ਨੂੰ ਜਿੰਨਾ ਕੁ ਤੁਸੀਂ ਸੀਮਤ ਰੱਖ ਕੇ, ਤਾਂ ਕਿ ਤੁਹਾਡੇ ਕੋਲੋਂ ਕਿਸੇ ਹੋਰ ਨੂੰ ਇਹ ਗੱਲ ਨਾ ਪਹੁੰਚੇ। ਕਿਉਂਕਿ ਜਿਹੜੇ ਅਸਿਮਟੋਮੈਟਿਕ ਕੇਸਿਸ ਨੇ, ਉਹਦੇ 'ਚ ਕਈ ਵਾਰੀ ਤੁਸੀਂ ਬਿਲਕੁਲ ਠੀਕ ਹੋ, ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਸਿਮਟਮਸ ਨਹੀਂ ਹਨ, ਨਾ ਜ਼ੁਕਾਮ ਹੈ, ਨਾ ਬੁਖਾਰ ਆ, ਨਾ ਕੋਈ ਬੋਡੀ ਏਕਸ ਹੈ, ਪਰ ਤੁਸੀਂ ਪੋਜ਼ਿਟਿਵ ਹੋ ਔਰ ਤੁਸੀਂ ਕੋਰੋਨਾ ਵਾਇਰਸ ਨੂੰ ਸਪਰੈਡ ਕਰ ਰਹੇ ਹੋ। ਇਹ ਤਾਂ ਜਾਣਕਾਰੀ ਸਿਰਫ ਜੋ ਮੇਰੇ ਨਾਲ ਔਰ ਸਾਡੇ ਪਰਿਵਾਰ ਦੇ ਨਾਲ ਪਿਛਲੇ ਦਿਨਾਂ ਵਿੱਚ ਹੋਇਆ ਉਹਦੇ ਬਾਰੇ ਹੈ। ਵੈਸੇ ਪੰਜਾਬ ਸਰਕਾਰ ਕੋਵਿਡ ਨੂੰ ਲੜਨ ਵਿੱਚ ਬਹੁਤ ਬੁਰੀ ਤਰ੍ਹਾਂ ਫੇਲ ਹੋਈ ਹੈ। ਜਿਹੜਾ ਕੈਪਟਨ ਸਾਹਿਬ ਨੇ ਮਿਸ਼ਨ ਫਤਿਹ ਬਣਾਇਆ ਸੀ, ਬਹੁਤ ਫੋਟੋਆਂ ਖਿਚਾਈਆਂ ਸੀ, ਉਹ ਸਿਰਫ ਅਖਬਾਰਾਂ ਤੱਕ ਅਤੇ ਪੋਸਟਰਸ ਤੱਕ ਮਹਦੂਦ ਰਹਿ ਗਏ। ਪੰਜਾਬ ਇਸ ਵਕਤ ਸਾਰੇ ਭਾਰਤ 'ਚੋਂ 3 ਨੰਬਰ 'ਤੇ ਪਹੁੰਚ ਚੁੱਕਾ। ਮਹਾਰਾਸ਼ਟਰ ਔਰ ਗੁਜਰਾਤ ਤੋਂ ਬਾਅਦ ਪੰਜਾਬ ਦੀ ਵਾਰੀ ਆ। ਦਿੱਲੀ ਨੂੰ ਵੀ ਅਸੀਂ ਮਾਤ ਪਾ ਗਏ ਹਾਂ ਔਰ 106 ਮੌਤਾਂ ਪਰਸੋਂ ਹੋਈਆਂ ਸੀਗੀਆਂ। ਲਗਭਗ ਰੋਜ਼ 50-60 ਮੌਤਾਂ ਹੋ ਰਹੀਆਂ। ਅਗਰ ਕਿਸੇ ਹੋਰ ਕਾਰਨ ਕਰਕੇ ਇੰਨੇ ਬੰਦੇ ਮਰਦੇ ਤਾਂ ਹਾਹਾਕਾਰ ਮੱਚੀ ਹੋਣੀ ਸੀ। ਮੈਂ ਸਮਝਦਾ ਕਿ ਪੰਜਾਬ ਦਾ ਜਿਹੜਾ ਮੈਡੀਕਲ ਹੈਲਥ ਕੇਅਰ ਦਾ ਸਿਸਟਮ ਹੈ ਉਹ ਬਿਲਕੁਲ ਕੋਲੈਪਸ ਕਰ ਚੁੱਕਾ। ਲੋਕਾਂ ਨੂੰ ਭਰੋਸਾ ਹੀ ਨਹੀਂ ਗਾ ਕਿ ਅਸੀਂ ਹੋਸਪਿਟਲ ਜਾਈਏ ਕਿ ਨਾ ਜਾਈਏ। ਔਰ ਮੇਰੀ ਵੀ ਜ਼ਿਆਦਾ ਰਾਏ ਇਹੀ ਹੈ ਕਿ ਜੇ ਤੁਸੀਂ ਬਹੁਤ ਜ਼ਿਆਦਾ ਸੀਰੀਅਸ ਨਹੀਂ ਹੋ, ਤੁਹਾਡੇ ਰੈਸਪੀਰੇਟਰੀ ਸਿਸਟਮ ਜਾਂ ਲੰਗਸ ਵਿੱਚ ਇਨਫੈਕਸ਼ਨ ਨਹੀਂ ਗੀ, ਤਾਂ ਫਿਰ ਜਿੰਨਾ ਹੋ ਸਕੇ ਆਪਣੇ ਘਰ ਬੈਠ ਕੇ ਤੁਸੀਂ ਇਸਦਾ ਇਲਾਜ ਕਰ ਸਕਦੇ ਹੋ, ਇਹਤਿਆਤ ਰੱਖ ਸਕਦੇ ਹੋ। ਔਰ ਜੋ ਵੀ ਆਪਾਂ ਨੂੰ ਹਦਾਇਤਾਂ ਕੀਤੀਆਂ ਜਾ ਰਹੀਆਂ ਉਹ ਜ਼ਿਆਦਾ ਤੋਂ ਜ਼ਿਆਦਾ ਆਪਾਂ ਉਹਨਾਂ ਨੂੰ ਮੇਨਟੇਨ ਕਰੀਏ। ਮੇਰੀ ਸਾਰਿਆਂ ਨੂੰ, ਬਲਕਿ ਜਿੰਨੇ ਵੀ ਮੇਰੇ ਸਤਿਕਾਰਯੋਗ ਸੱਜਣ ਸੁਣਦੇ ਦੇਖਦੇ ਨੇ, ਜਿੰਨਾ ਬੇਲੋੜੀ ਐਕਟੀਵਿਟੀਜ਼ ਅਵੋਇਡ ਕੀਤੀਆਂ ਜਾ ਸਕਣ ਉਹ ਕੁਛ ਸਮਾਂ ਜ਼ਰੂਰ ਆਪਾਂ ਨੂੰ ਅਵੋਇਡ ਕਰਨੀਆਂ ਚਾਹੀਦੀਆਂ। ਵੈਸੇ ਵੀ ਪੰਜਾਬ ਬੜੇ ਨਾਜ਼ੁਕ ਦੌਰ 'ਚੋਂ ਗੁਜ਼ਰ ਰਿਹਾ, ਸਾਰੇ ਪਾਸੇ ਹਾਹਾਕਾਰ ਮੱਚੀ ਹੋਈ ਆ। ਪਹਿਲਾਂ ਸ਼ਰਾਬ ਦੇ ਨਾਲ 125 ਤੋਂ ਜ਼ਿਆਦਾ ਆਦਮੀ ਮਰ ਗਿਆ, ਕੈਪਟਨ ਸਾਹਿਬ ਨੇ ਉਹਦੇ 'ਤੇ ਕੋਈ ਪੁਖਤਾ ਕਾਰਵਾਈ ਨਹੀਂ ਕੀਤੀ। ਉਸ ਤੋਂ ਬਾਅਦ ਥੋੜ੍ਹੇ ਦਿਨ ਬਾਅਦ ਰਿਪੋਰਟ ਆਈ ਕਿ ਮਾਈਨਿੰਗ ਬਹੁਤ ਵੱਡੇ ਪੱਧਰ 'ਤੇ ਪੰਜਾਬ ਦੇ ਵਿੱਚ ਹੋ ਰਹੀ ਔਰ 7 ਕਲਸਟਰਸ ਬਣਾ ਕੇ ਬਾਹਰੋਂ ਜੰਮੂ ਕਸ਼ਮੀਰ ਰਾਜਸਥਾਨ ਤੋਂ ਗੈਰ ਪੰਜਾਬੀਆਂ ਨੂੰ ਇੱਥੇ ਲਿਆ ਕੇ, ਜਿਹੜੇ ਇਹਨਾਂ ਦੇ ਕਰੈਕਟਰਸ ਨੇ, ਜਿਹੜੇ ਇਹਨਾਂ ਦੇ ਵਾਸਤੇ ਫੰਡ ਪੈਸਾ ਇਕੱਠਾ ਕਰਦੇ ਨੇ, ਉਹਨਾਂ ਨੇ ਬਹੁਤ ਧਾਂਦਲੀ ਮਚਾਈ ਹੋਈ ਸੀ। ਗੁੰਡਾ ਟੈਕਸ ਕੀਤਾ ਹੋਇਆ ਸੀ ਸ਼ੁਰੂ, ਹਰ ਇੱਕ ਕਿਊਬਿਕ ਮੀਟਰ ਜਿਹੜਾ ਸਟੋਨ ਕਰਸ਼ਰ ਦਾ ਜੋ ਵੀ ਮਟੀਰੀਅਲ ਸੀਗਾ
ਰੇਤਾ ਬਜਰੀ ਵਗੈਰਾ, ਉਹਦੇ 'ਤੇ ਹਰ ਇੱਕ ਕਿਊਬਿਕ ਮੀਟਰ 'ਤੇ 6 ਤੋਂ ਲੈ ਕੇ 7 ਰੁਪਏ ਗੁੰਡਾ ਟੈਕਸ ਲਾਉਣ ਲੱਗ ਗਏ, ਜਿਹਦੇ ਕਰਕੇ ਹਾਈ ਕੋਰਟ ਨੇ ਆਪਣੇ ਇੱਕ ਜੁਡੀਸ਼ਲ ਆਫਿਸਰ ਦੀ ਡਿਊਟੀ ਲਾਈ। ਉਹਨਾਂ ਨੇ ਆਪਣਾ ਭੇਸ ਬਦਲ ਕੇ ਰੋਪੜ ਦੇ ਵਿੱਚ ਬਹੁਤ ਸਾਰੇ ਜਗ੍ਹਾ 'ਤੇ ਛਾਪੇ ਮਾਰੇ ਔਰ ਪਾਇਆ ਗਿਆ ਕਿ ਇਹ ਗੁੰਡਾ ਟੈਕਸ ਸ਼ਰੇਆਮ ਪੋਲੀਟੀਕਲ ਮਾਫੀਆ ਅਤੇ ਰੇਤ ਮਾਫੀਆ ਇਕੱਠਾ ਹੋ ਕੇ ਇਹ ਸਾਰੀ ਕਲੈਕਸ਼ਨ ਕਰ ਰਹੇ, ਔਰ ਉਹਦੇ 'ਤੇ ਹਾਈ ਕੋਰਟ ਨੇ ਹੁਣ CBI ਦੀ ਜਾਂਚ ਕੀਤੀ। ਬੜੀ ਸ਼ਰਮ ਦੀ ਗੱਲ ਹੈ ਕੈਪਟਨ ਅਮਰਿੰਦਰ ਸਿੰਘ ਵਾਸਤੇ ਕਿ ਹਰ ਗੱਲ ਦੇ ਵਿੱਚ ਹਾਈ ਕੋਰਟ ਹੀ ਤੁਹਾਨੂੰ ਰਾਹ ਦਿਖਾ ਰਹੀ ਹੈ। ਇਹਦਾ ਮਤਲਬ ਫਿਰ ਸਟੇਟ ਦੀ ਐਡਮਿਨਿਸਟ੍ਰੇਟਿਵ ਮਸ਼ੀਨਰੀ, DC ਅਤੇ SSP ਰੋਪੜ ਬਿਲਕੁਲ ਇੰਨੇ ਨਿਕੰਮੇ ਨਕਾਰਾ ਨੇ ਕਿ ਇੱਕ ਛੋਟੇ ਪੱਧਰ ਦੇ ਗੁੰਡਿਆਂ ਨੂੰ ਨਹੀਂ ਰੋਕ ਸਕਦੇ ਸੀਗੇ, ਔਰ ਮੈਂ ਸਮਝਦਾ ਇਸ ਲਈ ਰੋਕਦੇ ਕਿਉਂਕਿ ਹਰ ਜਗ੍ਹਾ ਦੇ ਉੱਤੇ ਤੁਹਾਡੀ ਆਪਣੀ ਸ਼ਮੂਲੀਅਤ ਲੋਕਾਂ ਨੂੰ ਨਜ਼ਰ ਆਉਣੀ ਸ਼ੁਰੂ ਹੋ ਗਈ, ਚਾਹੇ ਉਹ ਮਾਈਨਿੰਗ ਦੀ ਗੱਲ ਕਰ ਲਓ ਚਾਹੇ ਸ਼ਰਾਬ ਦੀ ਗੱਲ ਕਰ ਲਓ। ਅੱਜ ਮੈਂ ਪੜ੍ਹ ਰਿਹਾ ਸੀ ED ਨੇ, ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬਹੁਤ ਵੱਡਾ ਬਿਆਨ ਦਿੱਤਾ ਕਿ ਅਸੀਂ ਸ਼ਰਾਬ ਧਾਂਦਲੀ ਵਿੱਚ ਬਹੁਤ ਵੱਡੇ ਪੱਧਰ ਦੇ ਪਰਚੇ ਦਰਜ ਕੀਤੇ ਨੇ ਡਿਸਟਿਲਰੀਆਂ ਦੇ ਮਾਲਕਾਂ ਦੇ ਖਿਲਾਫ, ਤਾਕਤਵਰ ਕਾਂਗਰਸ ਦੇ MLAs ਦੇ ਖਿਲਾਫ, ਔਰ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਅਤੇ ਐਕਸਾਈਜ਼ ਡਿਪਾਰਟਮੈਂਟ ਸਾਨੂੰ ਬਿਲਕੁਲ ਕੋਪਰੇਟ ਨਹੀਂ ਕਰ ਰਹੀ, ਸਾਨੂੰ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਨਹੀਂ ਦੇ ਰਹੀ। ਇਹ ਪੰਜਾਬ ਦੇ ਇਸ ਵਕਤ ਹਾਲਾਤ ਨੇ ਹਾਹਾਕਾਰ ਮੱਚੀ ਹੋਈ ਹੈ। ਇੱਕ ਪਾਸੇ ਬਿਮਾਰੀ ਦਾ ਬਹੁਤ ਕਹਿਰ ਹੈ, ਇੱਕ ਪਾਸੇ ਲੁੱਟ ਘਸੁੱਟ ਵੀ ਉਸੇ ਸਪੀਡ ਦੇ ਨਾਲ ਚੱਲ ਰਹੀ, ਔਰ ਸਾਧੂ ਸਿੰਘ ਧਰਮਸੋਤ ਨੇ ਤਾਂ ਹੱਦ ਹੀ ਕਰ ਦਿੱਤੀ। ਇੱਕ ਮਿਨਿਸਟਰ ਦੇ ਬਾਰੇ ਖੁਲਾਸਾ, ਉਹਦੇ ਆਪਣੀ ਡਿਪਾਰਟਮੈਂਟ ਦੇ ACS ਅਡੀਸ਼ਨਲ ਚੀਫ ਸੈਕਟਰੀ, ਕੋਈ ਛੋਟਾ ਮੋਟਾ ਅਫਸਰ ਨਹੀਂ ਗਾ, ਉਸਨੇ ਇੱਕ ਰਿਪੋਰਟ ਬਣਾ ਕੇ ਗਵਰਨਮੈਂਟ ਨੂੰ ਭੇਜੀ ਚੀਫ ਸੈਕਟਰੀ ਨੂੰ ਕਿ ਕਿਸ ਤਰ੍ਹਾਂ ਬਹੁਤ ਵੱਡੇ ਪੱਧਰ 'ਤੇ ਕਰੋੜਾਂ ਰੁਪਏ ਸਕਾਲਰਸ਼ਿਪ ਸਕੈਮ ਪੰਜਾਬ ਦੇ ਵਿੱਚ ਇਹ ਮਿਨਿਸਟਰ ਆਪ ਖੁਦ ਕਰ ਰਿਹਾ। ਸਾਡੇ ਬੱਚੇ ਜਿਹੜੇ ਦਲਿਤਾਂ ਦੇ ਨੇ, ਜਿਹੜੇ ਪਹਿਲਾਂ ਹੀ ਬਹੁਤ ਗਰੀਬ ਨੇ, ਵਾਂਝੇ ਨੇ ਅੱਛੀਆਂ ਸਹੂਲਤਾਂ ਤੋਂ, ਉਹ ਜਦੋਂ ਪੋਸਟ ਮੈਟ੍ਰਿਕ ਆਪਣੀ ਪੜ੍ਹਾਈ ਕਰਦੇ ਨੇ ਕਾਲਜਸ ਵਿੱਚ, ਉਹਨਾਂ ਨੂੰ ਇਹ ਸਕਾਲਰਸ਼ਿਪ ਹੀ ਬਚਾ ਕੇ ਰੱਖਦੀ ਸੀਗੀ ਪਿਛਲੇ ਕੁਝ ਸਾਲਾਂ ਤੋਂ। ਵੈਸੇ ਤਾਂ ਅਕਾਲੀ ਦਲ ਦੀ ਟੈਨਿਊਰ ਵੀ ਵਿੱਚ ਆਉਂਦੀ ਹੈ, ਅਤੇ ਕਾਂਗਰਸ ਦੀ ਟੈਨਿਊਰ ਵਿੱਚ ਇਹ ਸਕਾਲਰਸ਼ਿਪ ਜਿਹੜੀ ਸੀ ਇਹ ਬਿਲਕੁਲ ਬੰਦ ਕਰ ਦਿੱਤੀ ਸਕੀਮ ਆਡਿਟ ਦੇ ਨਾਮ 'ਤੇ। ਔਰ ਆਡਿਟ ਵਿੱਚ ਜਿਹੜਾ ACS ਨੇ ਜਿਹੜੇ ਇਲਜ਼ਾਮ ਲਾਏ ਨੇ ਮਿਨਿਸਟਰ 'ਤੇ, ਉਹਨੇ ਕਿਹਾ ਕਿ ਆਡਿਟ ਦੇ ਆੜ ਵਿੱਚ ਜਿਹੜੇ ਪ੍ਰਾਈਵੇਟ ਇੰਸਟੀਟਿਊਸ਼ਨ ਸੀਗੇ, ਔਰ ਉਹਨਾਂ ਨੂੰ ਬਹੁਤ ਸਾਰੀਆਂ ਗੋਸਟ ਪੇਮੈਂਟਸ ਕੀਤੀਆਂ, ਯਾਨੀ ਕਿ ਫਰਜ਼ੀ ਪੇਮੈਂਟਾਂ ਚਲੇ ਗਈਆਂ। 63 ਕਰੋੜ ਰੁਪਏ ਦੇ ਇਲਜ਼ਾਮ ਸਾਧੂ ਸਿੰਘ ਧਰਮਸੋਤ 'ਤੇ ਲੱਗ ਰਹੇ ਨੇ। ਕੈਪਟਨ ਸਾਹਿਬ ਉਸ ਨੂੰ ਵੀ ਬਚਾ ਰਹੇ ਨੇ, ਪਹਿਲਾਂ ਰਾਣੀ ਗੁਰਜੀਤ ਨੂੰ ਬਚਾਉਂਦੇ ਰਹੇ, ਫਿਰ ਚੰਨੀ ਨੂੰ ਬਚਾਇਆ, ਫਿਰ ਉਹ ਅਸ਼ੂ ਮਿਨਿਸਟਰ ਲੁਧਿਆਣੇ ਦਾ CLU ਦੇ ਵਿੱਚ, ਫਿਰ ਉਸ ਨੂੰ ਬਚਾਇਆ। ਤੁਸੀਂ ਦੇਖੋ ਇਹਨਾਂ ਦੇ ਮਿਨਿਸਟਰਸ 'ਤੇ ਕਿੰਨੇ ਵੱਡੇ ਇਲਜ਼ਾਮ ਲੱਗ ਗਏ ਨੇ, ਔਰ ਫਿਰ ਪੈਸਟੀਸਾਈਡ ਦਾ ਸਕੈਮ ਆਇਆ, ਫਿਰ ਨਕਲੀ ਬੀਜਾਂ ਦਾ ਸਕੈਮ ਆਇਆ। ਕੀ ਪੰਜਾਬ ਸਰਕਾਰ ਅਸੀਂ ਇਸ ਲਈ ਬਣਾਈ ਆ ਕਿ ਤੁਸੀਂ ਹਰ ਚੋਰ ਨੂੰ ਬਚਾਓ, ਤੁਸੀਂ ਹਰ ਉਹ ਆਦਮੀ ਨੂੰ ਜਿਹੜੇ ਆਦਮੀ ਪੰਜਾਬ ਨੂੰ ਦੋਨਾਂ ਹੱਥਾਂ ਨਾਲ ਲੁੱਟ ਰਹੇ ਨੇ, ਤੁਸੀਂ ਉਸ ਨੂੰ ਬਚਾਉਣਾ ਚਾਹੁੰਦੇ ਹੋ? ਮੇਰੀ ਇਹ ਮੰਗ ਹੈ ਕੈਪਟਨ ਅਮਰਿੰਦਰ ਸਿੰਘ ਕੋਲੋਂ ਕਿ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਕੈਬਨਿਟ 'ਚੋਂ ਕੱਢਿਆ ਜਾਵੇ, ਔਰ ਇਹਦੀ ਜਾਂਚ ਜਿਹੜੀ ਆ ਉਹ ਇੱਕ ਸਿਟਿੰਗ ਜੱਜ ਆਫ ਦੀ ਹਾਈ ਕੋਰਟ, ਕਿਉਂਕਿ ਜਿਹੜਾ ਤੁਸੀਂ ਚੀਫ ਸੈਕਟਰੀ ਕੋਲ ਜਾਂਚ ਦੀ ਰਿਪੋਰਟ ਮੰਗੀ, ਉਹ ਤਾਂ ਤੁਹਾਡੇ ਆਪਣੇ ਅਫਸਰ ਨੇ। ਤੁਸੀਂ ਹੁਣੇ ਹੀ ਮੈਡਮ ਵਿਨੀ ਮਹਾਜਨ ਨੂੰ 3 ਸੀਨੀਅਰ ਅਫਸਰ IAS ਨੂੰ ਸੁਪਰਸੀਡ ਕਰਕੇ ਉਸ ਨੂੰ ਤੁਸੀਂ ਚੀਫ ਸੈਕਟਰੀ ਬਣਾਇਆ, ਉਹ ਤਾਂ ਤੁਹਾਡਾ ਆਦੇਸ਼ ਮੰਨੇਗੀ। ਜੇ ਤੁਸੀਂ ਕਹਿਤਾ ਕਿ ਧਰਮਸੋਟ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕਰਨੀ, ਉਹ ਕਹਿਣਗੇ ਜੀ ਜੀ ਹਜ਼ੂਰ ਹੈ। ਔਰ ਜਿਹੜਾ ਧਰਮਸੋਟ ਦਾ ਪਹਿਲਾਂ ਵੀ ਕਿਰਦਾਰ ਬਹੁਤ ਡਾਊਟਫੁੱਲ, ਬਹੁਤ ਐਰੋਗੈਂਟ, ਬਹੁਤ ਇੱਕ ਮਿਨਿਸਟਰ ਦੇ ਲੈਵਲ ਦਾ ਉਹਨਾਂ ਦਾ ਕੋਈ ਕੰਡਕਟ ਨਹੀਂ ਕਰ, ਇਸ ਲਈ ਧਰਮਸੋਟ ਨੂੰ ਤੁਰੰਤ ਅਮਰਿੰਦਰ ਸਿੰਘ ਨੂੰ ਡ੍ਰੌਪ ਕਰਨਾ ਚਾਹੀਦਾ ਕੈਬਨਿਟ 'ਚੋਂ, ਔਰ ਇਹਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ। ਔਰ ਸਭ ਤੋਂ ਵੱਡੀ ਗੱਲ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਜਿਹੜੀ ਦਲਿਤ ਬੱਚਿਆਂ ਨੂੰ ਜਾਂਦੀ ਸੀ, ਉਹ ਛੇਤੀ ਤੋਂ ਛੇਤੀ ਜਿਹੜੀ ਹੈਗੀ ਆ ਉਹ ਲਾਗੂ ਕੀਤੀ ਜਾਵੇ ਤਾਂ ਕਿ ਬੱਚੇ ਆਪਣੀ ਪੜ੍ਹਾਈ ਪੂਰੀ ਕਰ ਸਕਣ। ਪੰਜਾਬੀ ਨਾਲ ਵੀ ਵਿਤਕਰਾ ਹੋ ਰਿਹਾ ਅਨਫੋਰਚੁਨੇਟਲੀ, ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਹੁਕਮ ਪਾਸ ਕੀਤਾ BJP ਦੀ ਸਰਕਾਰ ਨੇ, ਬਹੁਤ ਮੰਦਭਾਗਾ ਵਾ ਪੰਜਾਬ 'ਚ। ਅਸੀਂ ਅਰਸੇ ਤੋਂ ਅਕਾਲੀ ਖਾਸ ਤੌਰ 'ਤੇ ਅਸੀਂ ਕਹਿ ਰਹੇ ਸੀਗੇ ਕਿ
ਜਿਹੜੀਆਂ ਨੇਬਰਿੰਗ ਸਟੇਟਸ ਆ ਉਹਦੇ 'ਚ ਪੰਜਾਬੀ ਨੂੰ ਸੈਕਿੰਡ ਲੈਂਗੁਏਜ ਸਟੇਟਸ ਮਿਲਣਾ ਚਾਹੀਦਾ। ਸੈਕਿੰਡ ਤਾਂ ਕੀ ਮਿਲਣਾ, ਸਾਨੂੰ ਕਿਸੇ ਗਿਣਤੀ ਵਿੱਚ ਹੀ ਨਹੀਂ ਰੱਖਿਆ ਜਾ ਰਿਹਾ। ਇਸ ਲਈ ਸਾਰਾ ਕੁਝ ਦਰਸਾਉਂਦਾ ਵਾ ਕਿ ਇਸ ਵਕਤ ਜਿਹੜਾ ਰਾਜਨੀਤਿਕ ਮਾਹੌਲ ਹੈ ਪੰਜਾਬ ਦਾ, ਉਹ ਬਿਲਕੁਲ ਮੈਂ ਕੀ ਕਹਿ ਸਕਾਂ ਕਿ ਨਕਾਰ ਵੱਲ ਜਾ ਰਿਹਾ ਵਾ। ਔਰ ਜਿਹੜੀ ਇੱਥੋਂ ਦੀ ਲੀਡਰਸ਼ਿਪ ਹੈ ਉਹ ਸਿਰਫ ਅਤੇ ਸਿਰਫ ਲੁੱਟਣ ਘਸੁੱਟਣ 'ਤੇ ਲੱਗੀ ਹੋਈ ਆ, ਜ਼ਿਆਦਤੀਆਂ ਕਰ ਰਹੇ ਨੇ ਔਰ ਕਰੋਨਾ ਨੂੰ ਲੜਨ ਵਿੱਚ ਬਹੁਤ ਬੁਰੀ ਤਰ੍ਹਾਂ ਫੇਲ ਹੋਏ ਨੇ। ਲੋਕਾਂ 'ਚ ਬਹੁਤ ਪਿੰਡਾਂ 'ਚ ਅਫਵਾਹਾਂ ਫੈਲ ਰਹੀਆਂ ਨੇ, ਲੋਕ ਹੋਸਪਿਟਲ 'ਚ ਜਾਣ ਤੋਂ ਬਹੁਤ ਘਬਰਾਉਂਦੇ ਡਰਦੇ ਨੇ ਕਿ ਸ਼ਾਇਦ ਸਾਡੇ ਔਰਗਨਸ ਨਾ ਕੱਢ ਲੈਣ, ਸਾਡੇ ਨਾਲ ਸਾਡੀ ਉੱਥੇ ਦੇਖ ਰੇਖ ਐਡੀ ਭੈੜੀ ਆ ਕਿ ਉੱਥੇ ਸਾਡੀ ਮੌਤ ਨਾ ਹੋ ਜਾਵੇ। ਇਹ ਕੌਨਫੀਡੈਂਸ ਮੌਜੂਦਾ ਸਰਕਾਰ ਨੂੰ ਬਿਲਡ ਕਰਨਾ ਪਵੇਗਾ। ਔਰ ਮੈਨੂੰ ਇੱਕ ਵਾਰ ਫਿਰ ਮੈਂ ਸਾਰੇ ਆਪਣੇ ਸਤਿਕਾਰਯੋਗ ਵੀਰਾਂ ਭੈਣਾਂ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਇਸ ਕਰੋਨਾ ਦਾ ਜ਼ਰੂਰ ਧਿਆਨ ਰੱਖਣਾ ਔਰ ਜਿੰਨਾ ਵੀ ਤੁਸੀਂ ਅਹਤਿਆਤ ਰੱਖ ਸਕਦੇ ਹੋ, ਜੋ ਤੁਹਾਨੂੰ ਹਦਾਇਤਾਂ ਸਭ ਨੂੰ ਹੁਣ ਤੱਕ ਤਕਰੀਬਨ ਪਤਾ ਕਿ ਕੀ ਕਰਨਾ ਅਤੇ ਕੀ ਨਹੀਂ ਕਰਨਾ, ਉਹਨੂੰ ਕਰੋ ਤਾਂ ਕਿ ਇਹ ਹੋਰਨਾਂ ਨੂੰ ਸਪਰੈਡ ਨਾ ਹੋਵੇ। ਜਦੋਂ ਆਪਾਂ ਇਸ ਨੂੰ ਡਿਸਕਨੈਕਟ ਕਰਾਂਗੇ ਤਾਂ ਇਹ ਵਾਇਰਸ ਜਿਹੜੀ ਆਉਣ ਵਾਲੇ ਸਮੇਂ ਵਿੱਚ ਘਟੇਗੀ। ਮੈਂ ਆਪਣੇ ਮੁਤਲਕ ਇਹੀ ਗੱਲਾਂ ਕਰਨੀਆਂ ਸੀ। ਇੱਕ ਹਫ਼ਤਾ ਹੋਰ ਸਾਰਿਆਂ ਨੇ ਐਡਵਾਈਸ ਕੀਤਾ ਕਿ ਆਪਣੇ ਆਪ ਨੂੰ ਕੁਆਰੰਟੀਨ ਕਰਕੇ ਰੱਖਣਾ, ਘਰੋਂ ਬਾਹਰ ਨਹੀਂ ਜਾਣਾ ਤਾਂ ਕਿ ਕਿਸੇ ਹੋਰ ਨੂੰ ਇਹ ਪਾਸ ਆਨ ਨਾ ਹੋ ਜਾਵੇ। ਸੋ ਦੈਟਸ ਵਾਟ ਵੀ ਆਰ ਟਰਾਈਂਗ ਟੂ ਡੂ ਆਵਰ ਬੈਸਟ। ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਸ਼ੁਕਰੀਆ, ਧੰਨਵਾਦ, ਥੈਂਕ ਯੂ।